ਜਦਨ ਫੀਮ ਕੰਟਰੋਲਡ ਡਾਕਟਰ ਦੇਣ ਲੱਗ ਗਏ ਉਦੋਂ ਹੀ ਬੱਚੇ ਡਰੱਗਸ ਖਾਣੀਆਂ ਬੰਦ ਕਰ ਦੇਣ ਕਿਸਾਨ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਉਹਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਹੈ ਹਮੇਸ਼ਾ ਤੁਸੀਂ ਕਹਿੰਦੇ ਰਹੋ ਕਿ ਇਹਨੇ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਐਡੇ ਵੱਡੇ ਮਿਨਿਸਟਰ ਨੂੰ ਐਡੇ ਵੱਡੇ ਲੀਡਰ ਨੂੰ ਫੜਨਾ ਕੋਈ ਪ੍ਰੂਫ ਤਾਂ ਮਿਲਿਆ ਹੋਣਾ ਜੇ ਚੀਫ ਮਿਨਿਸਟਰ ਨੂੰ ਐਡੀ ਵੱਡੀ ਖਬਰ ਮਿਲੀ ਹੈ ਕਿ ਪਾਕਿਸਤਾਨ ਕੋਈ ਲੌਬਿੰਗ ਹੋ ਰਹੀ ਹੈ ਹੈ ਨਾ ਅਤੇ ਘਰੇ ਆਪਣੇ ਆਈ ਐੱਸ ਆਈ ਦੀ ਏਜੰਟ ਰੱਖੀ ਹੋਈ ਹੈ ਰੂਸ ਦਾ ਹੈ ਨਾ ਤਾਂ ਫਿਰ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਹੁਣ ਕਹਿੰਦਾ ਮੈਨੂੰ ਪਤਾ ਸਾਰੇ ਮਾਈਨਿੰਗ ਕਰ ਰਹੇ ਸੀ ਮੈਨੂੰ ਪਤਾ ਸਾਰੇ ਸ਼ਰਾਬ ਵੇਚ ਰਹੇ ਸੀ ਬੜੀ ਹਾਈ ਕਮਾਂਡ ਦੀ ਬੜੀ ਗੱਲ ਸੁਣੀ ਹੈ ਨਾ ਜਿਵੇਂ ਉਹਨਾਂ ਤੁਸੀਂ ਇੱਕ ਪੋਲੀਟੀਸ਼ੀਅਨ ਹੈ ਤੁਸੀਂ ਲੀਡਰ ਬਣ ਜਾਓ ਇਹਦਾ ਮਤਲਬ ਤੁਹਾਨੂੰ ਇਹ ਰੋਬ ਮਿਲ ਜਾਂਦਾ ਵੀ ਤੁਸੀਂ ਕਿਸੇ ਤੇ ਕੁਛ ਵੀ ਕਿਵੇਂ ਮਰਜ਼ੀ ਗੱਲ ਕਰ ਲਓ ਪੰਜਾਬ 'ਚ 2022 ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਲਗਾਤਾਰ ਭਖਿਆ ਹੋਇਆ ਹੈ ਅਤੇ ਅੱਜ ਅੰਮ੍ਰਿਤਸਰ ਦੇ ਹਲਕਾ ਪੂਰਬੀ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਸਿੱਧੂ ਨੇ ਨਵਜੋਤ ਸਿੰਘ ਸਿੱਧੂ ਦੇ ਹੱਕ ਵਿੱਚ ਡੋਰ ਟੂ ਡੋਰ ਪ੍ਰਚਾਰ ਕੀਤਾ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਡਾਕਟਰ ਸਿੱਧੂ ਨੇ ਕਿਹਾ ਕਿ ਅੱਜ ਪੰਜਾਬ ਨੂੰ ਇੱਕ ਚੰਗੇ ਮਾਡਲ ਦੀ ਜ਼ਰੂਰਤ ਹੈ ਕਿਉਂਕਿ ਪੰਜਾਬ ਦੀ ਜਵਾਨੀ ਵਿਦੇਸ਼ਾਂ ਵੱਲ ਜਾ ਰਹੀ ਹੈ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਹਨ ਉਹਨਾਂ ਨੇ ਕਿਹਾ ਕਿ ਜੇਕਰ ਪੰਜਾਬ 'ਚ ਅਫੀਮ ਦੀ ਖੇਤੀ ਹੁੰਦੀ ਹੈ ਤਾਂ ਇਸ ਨਾਲ ਪੰਜਾਬ 'ਚ ਡਰੱਗ ਖਤਮ ਹੋ ਜਾਵੇਗੀ ਅਤੇ ਦੂਜਾ ਇਸ ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਵੇਗਾ ਕਿਉਂਕਿ ਇਸ 'ਚ ਲਾਭ ਵਧੇਰੇ ਮਾਤਰਾ 'ਚ ਹੈ ਇਸ ਮੌਕੇ ਡਾਕਟਰ ਨਵਜੋਤ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ 'ਚ ਕੇਵਲ ਕਾਂਗਰਸ ਪਾਰਟੀ ਹੀ ਪੰਜਾਬ ਦੇ ਵਿੱਚ ਸਰਕਾਰ ਬਣਾਵੇਗੀ ਉਹਦੇ ਵਿੱਚ ਅਲਾਊਡ ਹੈ ਹਿਮਾਚਲ ਮੰਗ ਰਿਹਾ ਕਿਉਂ ਮੰਗ ਰਿਹਾ ਰਾਜਸਥਾਨ ਆਲਰੇਡੀ ਅਲਾਊਡ ਹੈ ਹਰਿਆਣੇ ਕੋਲ ਅਲਾਊਡ ਹੈ ਜਿੱਦਣ ਫੀਮ ਕੰਟਰੋਲਡ ਡਾਕਟਰ ਦੇਣ ਲੱਗ ਗਏ ਉਦਨ ਹੀ ਬੱਚੇ ਡਰੱਗਸ ਖਾਣੀਆਂ ਬੰਦ ਕਰ ਦੇਣੇ ਡਰੱਗਸ ਗਾਇਬ ਹੋ ਜਾਣਗੀਆਂ ਕਿਉਂਕਿ ਕਿਸੇ ਨੂੰ ਲੋੜ ਨਹੀਂ ਪੈਣੀ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਵੀ ਫੀਮ ਸੀਗਾ ਕਿਸਾਨ ਨੂੰ ਬਹੁਤ ਫਾਇਦਾ ਹੋਊਗਾ ਕਿਉਂਕਿ ਉਹਦੇ ਵਿੱਚ ਪ੍ਰੋਫਿਟ ਬਹੁਤ ਜ਼ਿਆਦਾ ਹੈ ਅਤੇ ਡਾਇਰੈਕਟਲੀ ਕਿਸਾਨ ਨੂੰ ਮਿਲਦਾ ਹੈ ਗਵਰਨਮੈਂਟ ਆਪਣਾ ਕੰਟਰੋਲ ਕਰਕੇ ਕੁਛ ਵੀ ਕਰ ਸਕਦੀ ਹੈ ਖਰਾਬ ਤਾਂ ਸ਼ਰਾਬ ਵੀ ਹੈ ਸ਼ਰਾਬ ਥੋੜ੍ਹੀ ਪੀਓ ਤਾਂ ਠੀਕ ਹੈ ਜ਼ਿਆਦਾ ਪੀਓ ਤਾਂ ਖਰਾਬ ਹੈ ਸੋ ਕੰਟਰੋਲ ਤਾਂ ਕਰਨਾ ਹੀ ਪਊਗਾ ਨਾ ਸੋ ਕੰਟਰੋਲ ਖੇਤੀ ਚੰਗੀ ਦੇਖੋ ਫਾਇਦਾ ਤਾਂ ਹੁੰਦਾ ਹੀ ਹੈ ਬਿਕੋਜ਼ ਹਮੇਸ਼ਾ ਤੁਸੀਂ ਕਹਿੰਦੇ ਰਹੋ ਕਿ ਇਹਨੇ ਕੁਛ ਨਹੀਂ ਕੀਤਾ ਕੁਛ ਨਹੀਂ ਕੀਤਾ ਐਡੇ ਵੱਡੇ ਮਿਨਿਸਟਰ ਨੂੰ ਐਡੇ ਵੱਡੇ ਲੀਡਰ ਨੂੰ ਫੜਨਾ ਕੋਈ ਪ੍ਰੂਫ ਤਾਂ ਮਿਲਿਆ ਹੋਣਾ ਹੈ ਨਾ ਵੀ ਸ਼ੁਰੂ ਤੋਂ ਕਹਿੰਦੇ ਸੀਗੇ ਵੀ ਉਹਨੇ ਹੀ ਸਪਰੈਡ ਕੀਤੀ ਹੈ ਸੋ ਬਹੁਤ ਵੱਡੇ ਪ੍ਰੂਫ ਕੋਈ ਹਾਈ ਕੋਰਟ ਕੋਲ ਹੋਣਗੇ ਅਦਰਵਾਈਜ਼ ਕਦੇ ਵੀ ਇਹ ਨਹੀਂ ਹੁੰਦਾ ਬਈ ਤੁਹਾਡੀ ਬੇਲ ਦੁਆਰਾ ਰਿਜੈਕਟ ਹੋ ਜਾਵੇ ਐਂਡ NDPS ਐਕਟ ਦੇ ਅੰਡਰ ਜੇ ਪਰਚਾ ਹੋਇਆ ਹੋਵੇ ਤਾਂ ਬਹੁਤ ਸੀਰੀਅਸ ਇਸ਼ੂ ਹੈ ਕੋਈ ਨਾ ਕੋਈ ਐਵੀਡੈਂਸਿਸ ਕੋਰਟ ਕੋਲ ਜ਼ਰੂਰ ਹੈਗੇ ਜਿਹੜੇ ਕਿ ਉਹਨਾਂ ਨੂੰ ਹੁਣ ਪ੍ਰੂਫ ਕਰਨੇ ਚਾਹੀਦੇ ਹੈ ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋਵੇ ਕਿ ਜੇ ਅਸੀਂ ਮਾੜਾ ਕੰਮ ਕਰਾਂਗੇ ਅਸੀਂ ਫੜੇ ਜਾਵਾਂਗੇ ਤਾਂ ਅੱਗੇ ਤੋਂ ਬੁਰੇ ਕੰਮ ਨਾ ਕਰੇ ਮੈਮ ਪੰਜਾਬ ਦਾ ਮਾਹੌਲ ਲਗਾਤਾਰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਰੁਕ ਨਹੀਂ ਪਾ ਰਹੀ ਹੈ ਹਾਂ ਇਹ ਬਹੁਤ ਜ਼ਰੂਰੀ ਹੈ ਇਹ ਪੁਲਿਸ ਨਾਲ ਦੀ ਨਾਲ ਕੰਟਰੋਲ ਕਰ ਰਹੀ ਹੈ ਆਪਾਂ ਸ਼ੁਕਰ ਕਰਦੇ ਹਾਂ ਵੀ ਇਹ ਕੰਟਰੋਲ ਦਾ ਮਤਲਬ ਹੀ ਇਹ ਹੈ ਵੀ ਇਹ ਜਿਹੜੇ ਬਾਹਰਲੇ ਅੰਸਰ ਚਾਹੁੰਦੇ ਹੈ ਵੀ ਆਪਸ 'ਚ ਲੜਾਈ ਹੋ ਜਾਵੇ ਕਿਉਂਕਿ ਉਹਨਾਂ ਨੂੰ ਦਿਖ ਰਿਹਾ ਵੀ ਕਾਂਗਰਸ ਹੁਣ ਹੌਲੀ ਹੌਲੀ ਡੇ ਬਾਈ ਡੇ ਜਿੱਦੀ ਜਾ ਰਹੀ ਹੈ ਤਾਂ ਬਾਕੀ ਪਾਰਟੀਜ਼ ਨੂੰ ਲੱਗਦਾ ਇਹਨੂੰ ਰੋਕਣ ਲਈ ਕੁਛ ਨਾ ਕੁਛ ਗੰਦਗੀ ਕਰੀਏ ਜਾਂ ਮਾਹੌਲ ਖਰਾਬ ਕਰੀਏ ਜਾਂ ਇਲੈਕਸ਼ਨਸ ਰੋਕੀਏ ਇਹ ਬਹੁਤ ਗਲਤ ਗੱਲ ਹੈ ਲੋਕਾਂ ਨੂੰ ਸਿਆਣੇ ਹੋਣਾ ਚਾਹੀਦਾ ਹੈ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਪੁਲਿਸ ਨੂੰ ਅਵੇਅਰ ਹੋਣਾ ਚਾਹੀਦਾ ਇੱਕਦਮ ਫੜਿਆ ਗਿਆ ਬੰਦਾ ਇੱਕਦਮ ਫੜਨਾ ਚਾਹੀਦਾ ਇਹ ਜਿਹੜਾ ਲੇਟ ਹੋ ਜਾਂਦਾ ਹੈ ਫੜਿਆ ਨਹੀਂ ਜਾਂਦਾ ਫਿਰ ਰੌਲਾ ਪੈਂਦਾ ਇੱਕਦਮ ਬੰਦਾ ਫੜਿਆ ਗਿਆ ਪਤਾ ਵੀ ਲੱਗ ਗਿਆ ਕਿੱਥੋਂ ਆਇਆ ਹੈ ਸੋ ਆਪਾਂ ਸਾਰਿਆਂ ਨੂੰ ਅਵੇਅਰ ਹੋਣਾ ਚਾਹੀਦਾ ਵੀ ਕੋਈ ਮੰਦਿਰ ਗੁਰਦੁਆਰੇ ਸਾਰੇ ਸੁਚੇਤ ਹੋ ਜਾਓ ਵੀ ਕੋਈ ਗਲਤ ਕੰਮ ਕੋਈ ਨਾ ਕਰੇ ਆਪਾਂ ਇੱਕਦਮ ਉਹਨੂੰ ਫੜ ਲਈਏ ਨਵਜੋਤ ਸਿੰਘ ਸਿੱਧੂ ਤੇ ਵੀ ਜਿਹੜੀ ਲੌਬਿੰਗ ਹੋਈ ਸੀਗੀ ਪਾਕਿਸਤਾਨ ਤੋਂ ਹੋਈ ਸੀਗੀ ਮੰਤਰੀ ਬਣਾਉਣ ਵਾਸਤੇ ਕਿਆ ਸਮਝਦੇ ਹੋ ਉਹਨੂੰ ਜੇਲ੍ਹ ਕਰਨਾ ਚਾਹੀਦਾ ਫਿਰ ਉਹਨੂੰ ਜੇਲ੍ਹ ਕਿਉਂ ਨਹੀਂ ਭੇਜ ਰਹੇ ਤੁਸੀਂ ਮੈਨੂੰ ਦੱਸੋ ਜੇ ਚੀਫ ਮਿਨਿਸਟਰ ਨੂੰ ਐਡੀ ਵੱਡੀ ਖਬਰ ਮਿਲੀ ਹੈ ਕਿ ਪਾਕਿਸਤਾਨ ਕੋਈ ਲੌਬਿੰਗ ਹੋ ਰਹੀ ਹੈ ਹੈ ਨਾ ਅਤੇ ਘਰੇ ਆਪਣੇ ਆਈ ਐੱਸ ਆਈ ਦੀ ਏਜੰਟ ਰੱਖੀ ਹੋਈ ਹੈ ਰੂਸਾ ਹੈ ਨਾ ਤਾਂ ਫਿਰ ਉਹਨੂੰ ਅਰੈਸਟ ਕਿਉਂ ਨਹੀਂ ਕੀਤਾ ਫਿਰ ਤਾਂ ਉਹ ਬੰਦੇ ਨੂੰ ਅਰੈਸਟ ਕਰਨਾ ਚਾਹੀਦਾ ਜਿਹਨੂੰ ਪਹਿਲਾਂ ਪਤਾ ਸੀ ਅਤੇ ਉਹਨੇ ਹੁਣ ਕਹਿੰਦਾ ਮੈਨੂੰ ਪਤਾ ਸਾਰੇ ਮਾਈਨਿੰਗ ਕਰ ਰਹੇ ਸੀ ਮੈਨੂੰ ਪਤਾ ਸਾਰੇ ਸ਼ਰਾਬ ਵੇਚ ਰਹੇ ਸੀ ਮੈਨੂੰ ਪਤਾ ਫਲਾਣਾ ਇਹ ਕਰ ਰਿਹਾ ਸੀ ਅਸੀਂ ਰੋਜ਼ ਹੀ ਅੱਜ ਕੱਲ੍ਹ 8 ਤੋਂ 10 ਪ੍ਰੋਗਰਾਮ ਕਰ ਰਹੇ ਹਾਂ ਥੋੜ੍ਹਾ ਮੁਸ਼ਕਿਲ ਤਾਂ ਲੱਗ ਰਿਹਾ ਕਿਉਂਕਿ ਛੋਟੇ ਛੋਟੇ ਪ੍ਰੋਗਰਾਮ ਅਲਾਊਡ ਹੈ ਤਾਂ ਕਾਫੀ ਥਕਾਵਟ ਹੋ ਜਾਂਦੀ ਹੈ ਬਟ ਚੰਗਾ ਵੀ ਲੱਗਦਾ ਕਿਉਂਕਿ ਲੋਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲ ਰਿਹਾ
इस लिए अच्छा भी लगता है। एक डोर टू डोर करके किसी की कोई शिकायत होती वह भी सुन ली दी है, अपना पता भी चल जाता भी तुम कितने खड़े हो। सो अपने आप को अच्छा लगता है भी अपना काम किया होया, लोगों को पसंद है, लोगों का प्यार मिलता है, तो मैं डोर टू डोर बहुत पसंद है। देखो जितनगे तो पक्का, पर मार्जिन किन्नी है वो तुम कदे नहीं दस सकते क्योंकि लोगों की मर्जी तो होंगे। मैं हमेशा ये कहनी हाँ कि काम करना साडा फर्ज है, वोट पाना लोगों की मर्जी है। लोगों को जो काम पसंद होया तो वोट पा देंगे, जे नहीं काम पसंद आया तो ना पा इस भी हो गया। देखो मैं कोई भी बंदा जिहड़ा पंजाब दा भला करे, जिहड़ा पंजाब नूं अगे लैके जावे, अज दी डेट च हर बंदे नूं इक्को ही गल दी फिकर करनी चाहीदी है जिहड़ी कि बहुत ज़्यादा सीरियस है। जिहड़े सारे बच्चे सारी पीढ़ियां खत्म हो रही हैं, पिंडां दे बच्चे भी सारे फ्लाइटां लेके बाहर जा रहे हैं, इत्थे सारे बजुर्ग रह जाएंगे, अपनी सेवा करन नूं भी कोई बच्चे नहीं रह जाने। आपां नूं मेहनत करके काम करना चाहिए सारिआं नूं, किसी भी तरह का काम लेके आइए, नौकरियां लेके आइए ताकि अपने बच्चे पढ़ाई करन, नौकरियां करन, पर अपने माँ बाप को रहन। पंजाब का नौजवान हताश है, नौकरी नहीं तो बाहर जा रहे हो। देखो कोई नौकरी होती तो बाहर जाते ना। मैं तो थानू कह भी असी तो साडा मॉडल पढ़ लो, असी तो थानू सारे इंतजाम नौकरियां दे करके दिते हैं। हुण ये पार्टी से डिपेंड करता है भी उन्होंने साडा मॉडल पसंद आ रहा है कि नहीं। कल उन्होंने किया, बाजवा साहब ने भी किया भी हाँ ये पंजाब मॉडल जिहड़ा बनाया है ये साडी पार्टी का मॉडल है, क्योंकि प्रियंका जी तो राहुल भी हमेशा यही कह रहे हैं कि जिहड़ा यूथ है उन्हें संभालिए। तो यूथ को संभालने का मतलब की है कि चंगी पढ़ाई देिए तो नौकरी देिए। हजे अपना फोकस दो कामों पर रहना चाहिए कि अपना बच्चा अपन बाहर छड़ के ना जाए, अपने माँ बाप को रवे, उन्हों की सेवा करे, प्लस नौकरी मिले। साढ़े को बहुत तरीके है गे, मैं हमने अपनी स्पीच में भी कह के हटी हाँ, चाहे फिल्म इंडस्ट्री हो, चाहे स्पोर्ट्स हो, चाहे कलिनरी यूनिवर्सिटी हो, चाहे गंडोला हो, साढ़े को सारा कुछ आया हुआ, अपरूव होया हुआ, उसके नाल एक एक प्रोजेक्ट के 10,000 बच्चे नौकरी मिलती है। सो मैं इसलिए मांग करती हाँ क्योंकि नहीं तो ड्रग्स नहीं जानगिया। अफीम की खेती एक तरह की नहीं होंगी, 35 तरह की अफीम है जिहड़ी बाहरले सारी कंट्रीज ते बाकी सारिया क्यों नहीं किया। फिर यदा मतलब तुसी मनो कि तुसी एक फेल्ड सीएम हो, तुसी सुते रहे। हाईकमान ने एक्शन नहीं लिया, असी ते वो ध्यान च ला दित्ता। बड़ी हाईकमान की बड़ी गल सुनी है ना, जिवें उन्होंने अज तक जिंदगी हुण हाईकमान नूं कहता, हाईकमान को सारे MLA गए भी भाई इहनूं उतारो, मिलदा नहीं, कोई काम नहीं करता, ना सानूं करन दे रहा, इह बस माइनिंग ते दारू तो सिवाए कोई काम नहीं करता, कोई फाइल नहीं साइन करता, कोई पैसा नहीं है, कोई टेंडर नहीं लान दिंदा, कोई नहीं था। अदरवाइज कदे नहीं होंदा सिटिंग CM दे अगेंस्ट सारे MLA इकट्ठे होके जान ते कहन भी भाई इहनूं उतारो। इत्थे कोई एक बंदा नहीं गया सी, सारे MLA ने रिक्वेस्ट की सी भी ये बंदा नहीं वर्क कर रहा। इमेजिन करो CM हाउस छड के पहली बार मैं देखा भी बंदा अपने फार्म हाउस जाके बैठ जाए तो लोगों नूं मिले ना, मंत्रियों नूं भी ना मिले, MLA नूं भी ना मिले, वो काम की करेगा। सो इह जे बंदे नूं बोलन दा कोई हक नहीं है। देखो बहुत अच्छी गल है, आना चाहिए, थोड़ी स्टेट च इलेक्शन है, रिस्ट्रिक्शंस बहुत ज़्यादा है, इसलिए असं उस लेवल का वेलकम नहीं कर पावे, पर अच्छी गल है कि वह सोच रहे हैं कि 117 MLA नाल लैके मत्था टेकना बहुत इंपॉर्टेंट है कि वाहगुरु दी आपां अरदास करके वाहगुरु के अगे निमाने हो के जे आपां अच्छे बन के चलीए तो एज अ गुड लीडर वो अपने MLAs नूं समझा सके कि सारिया ने ईमानदारी नाल अच्छा काम करना है, तो मेरे हिसाब नाल एक बहुत पॉजिटिव सिग्नल होएगा। यूथ मैं तो इंपैक्ट ये देखती हाँ कि वो फेवर करता है काम नूं, यूथ नूं, इंप्लॉयमेंट नूं, एंड डेमोक्रेसी नूं, एंड सैक्यूलर है, पूरी डेमोक्रेसी च बिलीव करते हैं, लड़ाइया कोई हिंदू सिख लड़ाई तो उहदे विच बिलीव नहीं करते, यू नो। सो डेमोक्रेटिक पार्टी है, मानती है कि आपस च ऊंच नीच या तुसी देखिया होना कदे भी किसी के घर जाके भी खाना खा लेंगे हैं, एक सिग्नल होंदा है, ये नहीं होंगे कि तुसी कुछ प्रूव, एक सिग्नल होंगे भी आप सारे वाहगुरु के बच्चे हाँ, आप छोटिया छोटिया गलों पिछे लड़ाइया नहीं करते। मैम किस तरह का हुंगारा मिले, तुसी डोर टू डोर प्रचार कर रहे हो,
देखो मैनूं सिद्धू साहब इत्थे ही मीटिंग लै रहे हैं, अपने घर बैठे हैं, वड्डिया मीटिंग्स ते जांदे हैं, वो भी जा रहे हैं, पर उन्होंने सारा पंजाब भी देखना है। मैनूं शुरू तो ही बहुत ज़्यादा प्यार मिलिया कि मैं शुरू तो सड़कों पर ही घूमती रही हाँ, मेरे नाल सिक्योरिटी होवे ना होवे, एक बंदा होवे दो बंदे होन, सारे बंदे कि मैनूं बच्चे भी पहचानते हैं, रिक्शे वाले भी पहचानते हैं, रेहड़ी वाले भी पहचानते हैं, सो मैनूं चंगा लगता है कि मेरे इलाके के लोग मेरे ते मान करते हैं ते मैनूं प्यार करते हैं। माफिया का नाम ही अकाली सरकार तो आया, किसी के कहने कोई फर्क नहीं पैदा, सारे पता। कांग्रेस 100% सरकार बनाएगी, क्योंकि अज के समय के एक ही पार्टी रह गई है जी स्टेबल है, वो है कांग्रेस, होर कोई पार्टी का कोई वजूद ही नहीं रह गया, सारी टुटी फुटी फुटी इकट्ठे करके। उधरों सुखबीर का तो कोई नाम भी नहीं लेना चाहता, पिंडा चो भी उन्होंने भजा रहे हैं, शहर की तो गल ही छड़ दो। पहली गल तो वो इस गल तो FIR करनी चाहिए है, एक केड़ा बंदा जिहड़ा कह सकता है, हुण मैं जिन्नी देर MLA रही कोई असर लभ लो जिन्हों मैं रूड भी बोली होव, यह केड़ा तरीका है भी तुसी एक पॉलिटिशियन है तुसी लीडर बन जाओ, यदा मतलब थोनू ये रोब मिल जाता भी तुसी किसी ते कुछ भी किवें मर्जी गल कर लो, कि लाल डायरी नाल किनू डरा रहे हैं, पुलिस अफसर डरा रहे हों, कौन है वो डराने वाला। मैं उही कह रही हाँ, असं चैलेंज करते हैं, लैके तो देखिए, करके तो देखिए, माड़ा किसी नाल केड़ी लाल डायरी चो करके देखे किवें करेगा एक्शन, है ना, अंदर असी तो अंदर करवावांगे, जे उन्हें किसी दे नाल मिसबिहेव किया उन्हें अपने टाइम जो कर लिया कर लिया, हुण उह मिसबिहेव करेगा किसी भी पुलिस ऑफिसर नाल तां इह सुखी रंधावा जी का फर्ज बनता है, हुण करनगे भी उन्हें अंदर करवाएंगे। ब्यूरो रिपोर्ट निरपक्ष पोस्ट। पंजाब ते पंजाबीयत नाल जुड़िया हर मुद्दा हर खबर निरपक्ष तरीके नाल तुहाडे तक पहुंचण दी कोशिश विच तुसी वी देवो साडा साथ, तां हुणे लाइक करो साडा फेसबुक पेज, सबसक्राइब करो यूट्यूब ते अते फॉलो करो इंस्टा अते ट्विटर ते निरपक्ष पोस्ट, खबर दी निरपक्ष आवाज़। विजिट करो www.nirpakhpost.com।